हाँ जी सत श्रीकाल जी सारे फार्म यूट्यूब चैनल ता स्वागत है जी। किसान वीरों अज के जेडे आप वीडियो बना रहे हैं पिंड पंज कराई तहसील अजनाला तो जिला अमृतसर अगे भी इस घर के काफ़ी वीडियो दिखाई दी तो अज भी तू जर्सी गाव जो दिखाया गलबात आप भीर जी हमारे करते हैं तो पूछते हैं सारी डिटेल। हाँ जी भीर जी सत श्रीकाल जी। ਹੋਰ ਸੁਣਾਓ ਕੀ ਹਾਲ ਚਾਲ ਜੀ? ਠੀਕ ਠਾਕ ਤੁਸੀਂ ਸੁਣਾਓ ਜੀ? ਵਧੀਆ ਵਧੀਆ ਮੌਸਮ ਹੋ ਗਿਆ ਫੇ ਠੰਡਾ ਹੋ ਗਿਆ। ਹਾਂ ਮੌਸਮ ਬਹੁਤ ਜ਼ਿਆਦਾ ਧੁੰਦ ਪੈਣ ਲੱਗੀ ਹੈ। ਹਾਂਜੀ ਨਾਮ ਦੱਸ ਦੇ ਕਰੀ ਆਪਣਾ। ਮੇਰਾ ਨਾਮ ਸੋਨੂ ਪਹਿਲਵਾਨ। ਐਡਰੈਸ ਵੀ ਦੱਸ ਦੇ। ਪਿੰਡ ਪੰਜ ਗਰਾਈਆਂ ਹਾਂਜੀ ਤਹਿਸੀਲ ਜਨੌਲਾ ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਤੇ ਫੋਨ ਨੰਬਰ ਇੱਕ ਕਰੀ ਬੋਲਦੇ 9781। ਹਾਂਜੀ 9809। ਠੀਕ ਹੈ ਕਰੀਏ ਫਿਰ ਸ਼ੁਰੂ ਹੋਣਾ। ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਤਾਜੀ ਸੂਈ ਗਾਂ ਤੋਂ ਸ਼ੁਰੂਆਤ ਕਰਨੀ ਹੈ। ਨਾੜੋ ਜਿਹੜਾ ਬੱਚੇ ਦਾ ਨਾਲ ਹੀ ਹੈ। ਕਿੰਨਵਾਂ ਸੂਆ ਸੂਈ ਵਿਧੀ ਹੈ ਇਹ ਵੀਰ ਜੀ? ਪਹਿਲਾ ਸੂਆ ਸੂਈ ਜੀ। ਪਹਿਲਾ ਸੂਆ ਸੂਈ? ਹਾਂਜੀ ਹਾਂਜੀ। ਕਿੰਨਾ ਕੁ ਚਿਰ ਹੋਇਆ ਸੂਈ ਨੂੰ? ਇਹਨੂੰ ਅੱਜ ਤੀਜਾ ਦਿਨ ਜੀ, ਪਰਸੋਂ ਦੀ ਸੂਈ ਜੀ ਰਾਤ। ਤੇ ਬੱਚਾ ਕੀ ਆ ਗਿਆ? ਮਗਰ ਮਗਰਵੱਛੀ ਜੀ। ਅੱਛਾ ਮਗਰਵੱਛੀ ਆ ਗਈ ਜਰਸੀ। ਹਾਂਜੀ। ਤੇ ਕਿੰਨਾ ਕੁ ਬੋਲਾ ਜੀ ਇਹਦੇ ਕੋਲ? ਇਹਦੇ ਥੱਲੇ ਵੀਰ ਜੀ ਇਹ ਮੌਕੇ ਦਾ 12 ਕਿਲੋ ਬੋਲਾ ਜੀ। ਤਿਆਰ 12 ਲੀਟਰ ਪੂਰਾ? 12 ਲੀਟਰ ਤਿਆਰ ਆ ਜੀ। ਚਵਾ ਕੇ ਦੋਗੇ ਦੋ? ਚਵਾ ਕੇ ਭਾਵੇਂ ਚਾਰ ਟਾਈਮ ਨਾਲ ਕਿ ਤੇ। ਅੱਛਾ ਤੇ ਤਸੱਲੀ ਕਰਕੇ ਤੁਹਾਨੂੰ। ਠੀਕ ਹੈ। ਹਾਂਜੀ। ਤੇ ਕਿੰਨਾ ਕੁ ਦੁੱਧ ਚਵਾ ਸਕਦੀ ਹੈ? ਦੁੱਧ 14 ਕਿਲੋ ਚਵਾਈ ਜਾਊਗੀ। 14 15 ਬਾਕੀ ਸੇਵਾ ਦਾ ਜੀ ਵੀਰ ਜੀ ਜਿੰਨਾ ਪਾਲੋ ਉਹਨਾਂ ਚੋਲੋ ਇਹਨਾਂ ਕੋ। ਹਾਂਜੀ ਹਾਂਜੀ। ਫੈਟ ਵੀ ਚੰਗੀ ਆਉਂਦੀ ਹੈ। ਫੈਟ ਇਹਨਾਂ ਦੀ ਬਹੁਤ ਚੰਗੀ ਆਉਂਦੀ ਹੈ ਜੀ। ਠੀਕ ਹੈ। ਹਾਂਜੀ ਹਾਂਜੀ। ਤੇ ਫਿਰ ਮੁੱਲ ਕੀ ਰੱਖਣਾ ਜੀ ਇਹਦਾ? ਮੁੱਲ ਵੀਰ ਜੀ ਇਹਦਾ ਮੁੱਲ ਕਰਦੇ ਜੀ 36000। ਅੱਛਾ। ਹਾਂਜੀ। ਕਰ ਦੋਗੇ ਮਾਨਤਨ? ਕਰ ਦਾਂਗੇ 34000 ਦੀ ਵੀਰ ਜੀ ਦੇ ਦਾਂਗੇ। ਅੱਛਾ 34 ਦੇ ਦੋਗੇ। ਹਾਂਜੀ ਹਾਂਜੀ। ਠੀਕ ਹੈ। ਲਿਆ ਫਿਰ ਖੋਲੋ ਤੋਰੀ ਇੱਕ ਰੀਨ। ਆ ਦੇ ਸਦੇ ਪਹਿਲਾ ਸੂਆ ਉਹਦੇ 12 ਲੀਟਰ ਮੌਕੇ ਤੇ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਬੋਲਾ ਜੀ ਤਿਆਰ ਹੈ ਤੇ ਮਗਰ ਵੀ ਜਿਹੜੀ ਜਰਸੀ ਵੱਛੀ ਆ ਗਈ 34000 ਦੀ ਵੀਰ ਜੀ ਹੁਣ ਕਹਿੰਦੇ ਕਿ ਆਪਾਂ ਦੇ ਦੇਵਾਂਗੇ। ਲੈ ਜਾ ਲੈ ਜਾ ਦੋਸਤੋ ਇੱਕ ਵਾਰੀ ਦੇਖ ਸਕਦੇ ਜੀ। ਠੀਕ ਹੈ ਵੀਰ ਜੀ ਲੈ ਜਾ ਜੀ। बंद थानवी दे करी तंगी तना तना लागे तो दिखा रही है देख सकते जी। गैप थाना दा जेड़ा चंगा उंज वीर जी ठंडी तेरी है जी? ठंडी जी जितना मर्जी जिहड़ा मर्जी बह के जिधर दी मर्जी चोले। अच्छा जी। हां जी हां जी ठंडी बहुत है कोई ऐसी दी लोड नहीं जी जेड़े मर्जी बने बह के चोल सकदे। ठीक है जी। हां जी। आ जेड़े हुंदा दूसरे नंबर ते एक होर जर्सी क्रॉस एक गां तनु दिखाउनी है थाने दे वे करी चंगी तरह तुहानू लागे तो दिखा दईए। इहदे मगर बच्चा की आ गया जी? इहदे मगर वी वछी जी। अच्छा इहदे मगर वी जर्सी वछी आ गई जी। आप ही थोड़ी क्रॉस च आ? हां जी हां जी। ਦੱਸੀਏ ਫਿਰ ਜੀ ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ? ਇਹਨੂੰ ਵੀਰ ਜੀ ਅੱਜ 6ਵਾਂ ਦਿਨ ਜੀ ਸੂਈ ਨੂੰ। ਅੱਛਾ। ਹਾਂਜੀ 6ਵਾਂ ਦਿਨ ਸੂਈ ਨੂੰ। ਹਾਂਜੀ ਹਾਂਜੀ। ਤੇ ਦੁੱਧ ਕਿੰਨਾ? ਬਿਲਕੁਲ ਕੰਡੇ ਵਾਲਾ ਤਿਆਰ ਜੀ? ਵੀਰ ਜੀ ਇਹਦੇ ਥੱਲੇ 18 ਕਿਲੋ ਦੁੱਧ ਤਿਆਰ ਜੀ। ਤਿਆਰ 18 ਲੀਟਰ ਪੂਰਾ? ਹਾਂਜੀ। ਦੋ ਟਾਈਮ ਚਵਾ ਕੇ ਦੋਗੇ? ਭਾਵੇਂ ਚਾਰ ਟਾਈਮ ਆਣ ਕੇ ਚੋਵੇ ਤਸੱਲੀ ਕਰਕੇ ਆਪਣੀ ਖੜੇ। ਅੱਛਾ। ਹਾਂਜੀ ਹਾਂਜੀ। ਵਧੂ ਹੋਰ? ਵਧੂਗੀ ਜੀ। ਕਿੰਨਾ ਕਰੀ ਜਾਓ? 20 ਕਿਲੋ ਕਰੀ ਜਾਓ, 2 ਕਿਲੋ ਵਾਜੂ ਹੋਰ। ਬਾਕੀ ਸੇਵਾ ਦਾ ਜਿੰਨਾ ਪਾਲੋ ਇੰਨਾ ਚੋਲੋ ਇਹਨਾਂ ਨੂੰ। ਹਾਂਜੀ ਹਾਂਜੀ। ਹਾਂਜੀ ਹਾਂਜੀ। 26 ਲੀਟਰ ਚਵਾਈ ਜਾਓਗੇ। ਹਾਂਜੀ ਹਾਂਜੀ। ਤੇ ਇਹਦਾ ਫਿਰ ਕੀ ਮੁੱਲ ਰੱਖਣਾ? ਇਹਦਾ ਵੀਰ ਜੀ ਮੁੱਲ ਭਾਵੇਂ ਜਿੰਨਾ ਮਰਜ਼ੀ ਕਰਾਈ ਜਾਓ, 42 ਵੀ ਕਰਾ ਲਓ, 43 ਵੀ ਕਰਾ ਲਓ, ਹਾਂਜੀ 38000 ਦੀ ਦੇ ਦਾਂਗੇ। ਅੱਛਾ 38 ਦੀ ਦੇ ਦੋਗੇ? ਹਾਂਜੀ। ਕਰ ਦੋਗੇ ਮਾਨਤਨ ਮੌਕੇ ਤੇ? ਹੋਰ ਉਹਦੇ ਵਿੱਚ ਛੋਟ ਛੋਟ ਹੀ ਕਰਾਂਗੇ। ਛੋਟ ਛੋਟ ਹੋ ਜਾਓ। ਬਾਕੀ ਮੌਕੇ ਤੇ 18 ਲੀਟਰ ਪੂਰਾ ਤਿਆਰ ਹੈ? ਨਾ ਨਾ ਵੀ ਚੋ ਕੇ ਖੜੇ ਆਣ ਕੇ ਇੱਥੇ ਭਾਵੇਂ ਚਾਰ ਟਾਈਮ ਚੋਵੇ ਅੱਛਾ ਸਿੱਧੀ ਕਰਕੇ ਖੜੇ। ਲਿਆ ਫਿਰ ਖੋਲੋ ਤੋਰੀ ਇੱਕ ਰੀਨ ਨੂੰ। ਹਾਂ ਦੇ ਸਾਲੇ ਜੀ ਇਹ ਵੀ ਇੱਕ ਰੀ ਤੁਹਾਨੂੰ ਤੋੜ ਕੇ ਦਿਖਾ ਦਈਏ। ਦੁੱਧ ਮੌਕੇ ਦੇ 18 ਲੀਟਰ ਜਿਹੜਾ ਤਿਆਰ ਦੱਸਦੇ ਆ। ਠੀਕ ਹੈ ਵੀਰ ਜੀ ਲੈ ਜਿਓ ਜੀ। ਸੂਬਾ ਕਿਨਵਾਂ ਜੀ ਵੀਰ ਜੀ ਇਹਦਾ? ਦੂਸਰਾ ਸੂਬਾ ਜਿਹੜਾ ਸੂਈ ਹੈ। ਬਾਕੀ ਠੰਡੀ ਠੰਡੀ ਬੜੀ। ਅੱਛਾ ਇਹ ਵੀ ਠੰਡੀ ਤੇ ਰਹੀ ਹੈ? ਇਹ ਨਹੀਂ ਜੇ ਵੀ ਕੋਈ ਰੱਸੀ ਪਾਉਣ ਦੀ ਲੋੜ ਹੈ। ਅੱਛਾ ਜੀ ਜਿਤਨਾ ਮਰਜ਼ੀ ਜਿਹੜੇ ਮਰਜ਼ੀ ਬਣੇ ਬਹਿ ਕੇ ਚੁਗੇ। ਠੀਕ ਹੈ ਜੀ। ਹੁਣ ਤੁਹਾਨੂੰ ਤੀਸਰੇ ਨੰਬਰ ਤੇ ਇੱਕ ਹੋਰ ਤੁਹਾਨੂੰ ਇੱਕ ਗੱਬਨ ਗਾਂ ਤੁਹਾਨੂੰ ਦਿਖਾਉਣੀ ਹੈ। ਦੱਸੀਏ ਵੀਰ ਜੀ ਇਹਦੇ ਬਾਰੇ ਵੀ। ਇਹ ਵੀ ਵੀਰ ਜੀ ਪਹਿਲਾ ਸੂਆ ਸੂਣ ਵਾਲੀ ਜੀ। ਅੱਛਾ ਜੀ ਪਹਿਲਾ ਸੂਣਾ ਹੀ ਆ ਜੀ। ਹਾਂਜੀ ਹਾਂਜੀ ਪਹਿਲਾ ਸੂਣਾ ਜੀ। ਕਿੰਨਾ ਕੁ ਟਾਈਮ ਅਜ ਲੈ ਜੇ ਸੂਣ ਚ? ਇਹਨੇ ਹਫਤੇ ਦੇ ਵਿੱਚ ਵੀ ਸੂ ਪਊਗੀ। ਹਫਤੇ ਦੇ ਵਿੱਚ ਵੀ ਸੂ ਪਊਗੀ। ਠੀਕ ਹੈ। ਇਹ ਕਿੰਨਾ ਕੁ ਦੁੱਧ ਚਵਾਈ ਜਾਓ?
ਵੀਰ ਜੀ ਦੁੱਧ ਚਵਾਈ ਜਾਊਗੀ 13-14 ਕਿਲੋ ਤੇ ਚਵਾਊਗੀ। ਅੱਛਾ 13-14 ਲੀਟਰ ਚਵਾਈ ਜਾਊਗੀ, ਠੀਕ ਹੈ। ਤੇ ਇਹਦਾ ਕੀ ਮੁੱਲ ਰੱਖਣਾ ਫਿਰ? ਇਹਦਾ ਵੀਰ ਜੀ ਭਾਵੇਂ 35 ਕਰਾ ਲਓ 36 ਕਰਾ ਲਓ 30,000 ਦੀ ਦੇ ਦਾਂਗੇ। ਅੱਛਾ 33,000 ਦੀ ਦੇ ਦੋਗੇ? ਦੇ ਦਾਂਗੇ 33,000। बाहर कट के करी चंगी तरह तुहानू दिखा दिए, ठीक है वीर जी? ला जाओ जी 33,000 च मानता वीर जी नहीं कहते कि आप कर देंगे। ਹੁਣ ਤੱਕ ਹਵਾਨਾ ਜਿਹੜਾ ਚੰਗਾ ਤਿਆਰ ਕਰੂਗੀ, ਬਾਕੀ ਪਸ਼ੂ ਜਿਹੜੇ ਵੀਰ ਜੀ ਉਹਨਾਂ ਨੇ 3 ਮਕਾਊ ਕੀਤੇ ਜਿਨ੍ਹਾਂ ਵਿੱਚ 2 ਸੂਈਆਂ ਅਤੇ 1 ਗੱਭਣ ਹੈ, ਅਤੇ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਚੁਆਈ ਕਰਕੇ ਪਾਸ ਕਰਕੇ ਆਪਣੀ ਸਮਝ ਦੇ ਹਿਸਾਬ ਨਾਲ ਵੇਚ ਚੱਕ ਕੇ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।